ਵਧੀਆ ਵਧੀਆ ਸਰ, ਤੁਸੀਂ ਸੁਣਾਓ ਠੀਕ ਹੋ? ਇਹ ਪਹਿਲਾਂ ਬਾਬਾ ਇਹ ਜਿਹੜਾ ਬੰਦਾ ਏਦਾਂ ਆ ਜੋਤ ਵਾਲੀ ਜਗ੍ਹਾ ਖੋਲਣ ਡਿਆ, ਇਹਦਾ ਮਤਲਬ ਇਹਨੂੰ ਪਤਾ ਨੀ ਕਿ ਰੁਮਾਲੇ ਕਿੱਥੇ ਰੱਖੇ ਆ, ਇਹ ਅੰਦਾਜ਼ੇ ਨਾਲ ਹੀ ਸਭ ਪਤਾ ਇਹਨੇ ਰਾਖੀ ਕੀਤੀ ਪਹਿਲਾਂ ਹੀ। ਆ ਮੂੰਹ ਖੁੱਲਿਆ ਫੇਰ ਉਹਨੇ ਪਿੱਛੇ ਬਾਹਰ ਬੈਠਾ ਹੋਏ ਪਿੱਛੇ ਕੀਤੀ ਹੁਣ ਪਿੱਛੇ ਕੀਤੀ ਉਹ ਫੇਰ ਟਾਈਮਿੰਗ ਦੀ ਗਾਂਵ ਚ ਆਈ ਕੱਪੜੇ ਪਛਾਣੀ ਬੂਟ ਵੀ ਅੰਦਰ ਲੈ ਗਿਆ ਓਏ ਉਹ ਦੁਗੇ ਇੱਕ ਹੋਰ ਬਕਸਾ ਜਿਹਾ ਇੱਥੇ ਛੋਟਾ ਜਿਹਾ ਬੂਟ ਬੂਟ ਅੰਦਰ ਬੂਟ ਪਾ ਕੇ ਆਇਆ ਜੀ ਬੂਟ ਅੰਦਰ ਲੈ ਕੇ ਆਇਆ ਵਾ ਬੂਟ ਪਾ ਕੇ ਚਰਮਾ ਪਈ ਹੈ ਨਹੀਂ ਬੂਟ ਬੂਟ ਅੰਦਰ ਲੈ ਗਿਆ ਬੂਟ ਸਿੱਧੇ ਫਿਰ ਬਾਹਰ ਨਿਕਲ ਗਿਆ ਕੈਂਚੀ ਜੀ ਉਹ ਕੈਂਚੀ ਜੀ ਕੈਂਚੀ ਆ ਇੱਕ ਲੋਕ ਤੋੜਤਾ ਤੇ ਦੂਜੇ ਬੰਨੇ ਕੁੰਡਾ ਤੋੜਤਾ ਨੇ ਮੁੜ ਕੇ ਜਿਹੜੇ ਵਿੱਚ ਦੋ ਲੋਕ ਆ ਨਾ ਉਹ ਫਸਾ ਕੇ ਤੋੜ ਦਿੱਤਾ ਉਹਨੂੰ ਵਿੱਚ ਵੀ ਲੱਗੇ ਦੋ ਲੋਕ ਬੋਲ ਕੇ ਵਿੱਚ ਜਿਹੜੇ ਲੱਗੇ ਹੁੰਦੇ ਆ ਅਮਲੀ ਬੰਦਾ ਨਹੀਂ ਵੱਢ ਸਕਦਾ ਅਮਲੀ ਬੰਦੇ ਕੋਲ ਨਹੀਂ ਵੱਢਿਆ ਅਮਲੀ ਬੰਦਾ ਨਹੀਂ ਲੱਗਦਾ ਹਾਂਜੀ ਹਾਂਜੀ ਇਹ ਉਹ ਹੀ ਆਪਾਂ ਸਵੇਰੇ ਗੱਲ ਕਰ ਰਹੇ ਹਾਂ ਭੇਤੀ ਬੰਦੇ ਦਾ ਕੰਮ ਹੈ ਜਿੱਦਾਂ ਇਨਫੋਰਮੇਸ਼ਨ ਸਾਰੀ ਦਿੱਤੀ ਗਈ ਆ ਇੱਦਾਂ ਇੱਦਾਂ ਗੱਲਾਂ ਕਰਦਿਆਂ ਦੀ ਜਾਂ ਦੀ ਬੋਡੀ ਸਟਰਕਚਰ ਵੇਖੋ ਤੁਸੀਂ ਸ਼ਨਾਖਤ ਕਰੋ ਜੀ ਪੂਰਾ ਨਾ ਤੈਨੂੰ ਕੰਜਰਾ ਡਰ ਆਇਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਵੇਲਾ ਹੈ ਬੰਦਾ ਭੁੱਖ ਦੇ ਵਿੱਚ ਤਕੜਾ ਜਾਣ ਵਾਲਾ ਵਾ ਹੱਥ ਮਾਰਨ ਦੇ ਇੱਕ ਦੂਜਾ ਲੋਕ ਆਪਣਾ ਲੱਗਾ ਵਾ ਗੋਲਕ ਨੂੰ ਚਾਬੀ ਵਾਲਾ ਅੰਡਰਗਰਾਉਂਡ ਦੋ ਲੱਗੇ ਉਹ ਵੀ ਖੁੱਲਾ ਨੀ ਫਿਰ ਦੂਜੇ ਨੂੰ ਵੇਖਣ ਦਿਆ ਹੱਥ ਮਾਰੀ ਸਮਾਨ ਸਾਰਾ ਲੈ ਗਿਆ ਨਾਲ ਤੋੜਨ ਲੱਗਾ ਵੀ
ਚੋਰੀ ਜਾਰੀ ਕੀਤੀ ਕੰਮ ਸਿੱਖਿਆ ਚੋਰੀ ਜਾਰੀ ਕੀਤੀ ਕੰਮ ਸਿੱਖਿਆ ਸਿਰ ਮਾਰਿਆ ਦੂਜੇ ਕੈਮਰੇ ਚ ਆਇਆ ਉਹ ਇਸ਼ਾਰਾ ਜਿਹਾ ਕੀਤਾ ਉਹ ਵੀ ਵੇਖਣਾ ਬੈਕ ਕਰਕੇ ਨਾ ਉਹਨੂੰ ਪਤਾ ਲੱਗ ਜੂਗਾ ਸਿਰ ਮਾਰਿਆ ਨਾ ਹੁਣ ਖੁੱਲੀ ਜੀ ਹੈਨਾ ਪਰ ਹੈਗਾ ਵੀ ਉਹ ਹੱਟਾ ਕੱਟਾ ਜਿੱਡਾ ਹੈਗਾ ਉਹਨੇ ਲੈ ਗਿਆ ਕੱਛੇ ਮਾਰ ਕੇ ਗਾਹ ਜਾਣੇ ਦੂਜੀ ਰਾਤ ਵਾ ਨਾ ਰਾਤ ਦੀ ਹੈ ਅੰਦਰ ਇੱਕੋ ਲਾਈਟ ਜਗੰਦੀ ਆ ਉਹ ਉੱਪਰਲੀਆਂ ਜਗੰਦੀਆਂ ਬਸ ਸਭ ਤੋਂ ਗੁਰਦੁਆਰਾ ਸੇਫ ਸਮਝਦੇ ਬਿਲਕੁਲ ਜੀ ਚਾਰੇ ਪਾਸੇ ਘਰ ਸਾਰੇ ਬੰਨੇ ਘਰ ਆਰਾਮ ਦੇ ਨਾਲ ਆਹੋ ਨਾ ਕੋਈ ਪੈਸੇ ਵਾਲਾ ਹਿਸਾਬ ਹੀ ਨਹੀਂ ਲੱਗਦਾ ਵੇਖੋ।